ਮੈਂ ਗੱਲ ਕਰ ਰਿਹਾ ਸੀ ਕਿ ਘਰਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਸੀ ਉਹ ਕਿਸ ਤਰੀਕੇ ਨਾਲ ਕੀਤੀ ਜਾਂਦੀ ਸੀ। ਕਿਆ ਤੁਸੀਂ ਦੇਖੋ ਜਿਹੜੇ ਲੋਕ ਬ੍ਰਿਟਿਸ਼ ਸਰਕਾਰ ਦੇ ਨਾਲ ਅਟੈਚ ਸਨ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਸੀ ਉਹ ਕੁਈਨ ਦਾ ਜਿਹੜਾ ਸੀ ਉਹ ਕਰਾਊਨ ਬਣਿਆ ਹੁੰਦਾ ਸੀ ਔਰ ਉਸ ਤੋਂ ਬਾਅਦ ਉਹਦੇ ਘਰ ਦੇ ਫਰੰਟ ਆਫ ਸਾਈਡ ਦੇ ਉੱਤੇ ਹਮੇਸ਼ਾ ਜਿਹੜਾ ਸੀ ਉਹਦਾ ਉਹ ਲਿਖਿਆ ਜਾ ਲੱਗਾ ਹੁੰਦਾ ਸੀ ਉਹ ਜਿਸ ਮਜ਼ਹਬ ਨਾਲ ਤਲਕ ਰੱਖਦਾ ਸੀ, ਯਾਨੀ ਕਿ ਇਹ ਪਤਾ ਚੱਲ ਰਿਹਾ ਇੱਥੇ ਓਮ ਲਿਖਿਆ ਹੋਇਆ ਸੀ। ਠੀਕ ਹੈ ਜੀ, ਇਹਦਾ ਮਤਲਬ ਕਿ ਮੁਹੱਲਾ ਅਕਾਲਗੜ੍ਹ ਦੇ ਅੰਦਰ ਨਾ ਸਿਰਫ ਸਿੱਖ ਕਮਿਊਨਿਟੀ ਬਲਕਿ ਕਿ ਹਿੰਦੂ ਕਮਿਊਨਿਟੀ ਵੀ ਆਬਾਦ ਸੀ। ਪ੍ਰੀ ਪਾਰਟੀਸ਼ਨ ਦੇ ਬਣੇ ਹੋਏ ਸ਼ਾਹਕਾਰ ਖੂਬਸੂਰਤ ਨਕਸ਼ੋ ਨਿਗਾਰ ਨਾਲ ਮੁਜ਼ੀਨ ਇਹ ਖਿੜਕੀਆਂ ਔਰ ਇਹ ਦਰਵਾਜ਼ੇ ਮਾਡਰਨ ਆਰਕੀਟੈਕਚਰ। ਅਕਾਲਗੜ੍ਹ ਨੂੰ ਜਿਹੜਾ ਨਾਮ ਦਿੱਤਾ ਗਿਆ ਸੀ ਉਹ ਦਿੱਤਾ ਗਿਆ ਸੀ ਮਾਡਰਨ ਆਰਕੀਟੈਕਚਰ ਦਾ, ਕਿ ਇੱਥੇ ਜਿਹੜਾ ਮਾਡਰਨ ਆਰਕੀਟੈਕਚਰ ਸੀ ਸਬ ਕੰਟੀਨੈਂਟ ਦਾ ਉਹ ਯੂਜ਼ ਹੋਣਾ ਸ਼ੁਰੂ ਹੋਇਆ ਸੀ। ਸੇਮ ਟਾਈਮ ਦਰਵਾਜ਼ੇ ਦੇ ਅੰਦਰ ਮੋਜ਼ੈਕ ਦਾ ਵਰਕ ਹੋਇਆ ਵਿੱਚ ਟਾਈਲ ਲੱਗੀ ਹੋਈ ਹੈ ਉਹ ਨਾਲ ਹੀ ਵੁੱਡ ਵਰਕ ਹੈ। ਮੁਹੱਲਾ ਅਕਾਲਗੜ੍ਹ ਨੂੰ ਹੁਣ ਗੁਲਸ਼ਨਾ ਆਬਾਦ ਕਿਹਾ ਜਾਂਦਾ, ਲੇਕਿਨ ਅੱਜ ਵੀ ਦੁਨੀਆ ਨੂੰ ਅਕਾਲਗੜ੍ਹ ਦੇ ਨਾਮ ਤੋਂ ਹੀ ਜਾਣਦੀ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਪੰਜਾਬ ਹੈਰੀਟੇਜ ਦਾਸਤਾਨ।